ਜਸ ਸਿੰਘ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਹਜੇ ਮੈਂ ਸੁੱਤਾ ਹੀ ਉੱਠਿਆ, ਮੂੰਹ ਮਾਂ ਧੋਤਾ, ਹਜੇ ਨਹਾਉਣਾ ਹੈ। ਅੱਜ ਅਸੀਂ ਚੱਲੇ ਹਾਂ ਮਾਤਾ ਰਾਣੀ ਦੇ ਸ਼੍ਰੀ ਨੈਣਾ ਦੇਵੀ, ਅਤੇ ਉੱਥੇ ਟੈਂਪਲ 'ਚ ਜਾਣਾ, ਮੱਥਾ ਟੇਕ ਕੇ ਆਉਣਾ ਸੀਗਾ। ਅਤੇ ਅੱਜ ਵੈਸੇ ਵੀ ਕੱਲ੍ਹ ਵਿਸਾਖੀ ਦਾ ਦਿਨ ਲੰਘਿਆ, ਅਤੇ ਹੁਣ ਅੱਜ ਮੰਮੀ ਦਾ ਵੈਸੇ ਵੀ ਜਨਮ ਦਿਨ ਆ, ਅਤੇ ਨਾਲੇ ਬਰਥਡੇ ਸੈਲੀਬ੍ਰੇਟ ਮੰਮੀ ਕਹਿੰਦੀ ਮੈਂ ਕਰਨਾ ਨਹੀਂ ਹੈਗਾ। ਅਤੇ ਚਲੋ ਫਿਰ ਨਾਲੇ ਮੰਦਰ ਜਾ ਕੇ ਆਉਣਾ ਸੀਗਾ, ਵਿਆਹ ਤੋਂ ਬਾਅਦ ਗਏ ਨਹੀਂ, ਅਤੇ ਨਾਲੇ ਤੁਹਾਨੂੰ ਵੀ ਘੁੰਮਾ ਲਿਆਉਂਦੇ ਹਾਂ। ਪਹਾੜੀ ਇਲਾਕੇ 'ਚ ਇੱਕ ਵੱਖਰਾ, ਇੱਕ ਮਤਲਬ ਮੋਜ ਆ ਏ, ਹੈ ਨਾ। ਉੱਥੇ ਠੰਡੀਆਂ ਹਵਾਵਾਂ, ਉੱਥੇ ਦੀਆਂ ਹਵਾਵਾਂ ਅਤੇ ਉੱਥੇ ਦਾ ਜੋ ਵੀ ਇਨਵਾਇਰਮੈਂਟ ਆ, ਹੈ ਨਾ, ਉਹ ਸਾਰਾ ਵਧੀਆ ਲੱਗਦਾ ਪਹਾੜਾਂ 'ਚ। ਅਤੇ ਆਪਾਂ ਚੱਲਦੇ ਹਾਂ, ਨਾਲੇ ਇੰਜੋਏ ਕਰਾਂਗੇ, ਨਾਲੇ ਦਰਸ਼ਨ ਕਰਾਂਗੇ। ਕਹਿੰਦਾ ਨੀਂਦ ਅਧੂਰੀ ਰਹਿ ਜਾਂਦੀ ਆ, ਨਾ ਤਾਂ ਸੌਂਇਆ ਜਾਂਦਾ, ਹੈ ਨਾ। ਅਸੀਂ ਜਲਦੀ ਜਾਣਾ ਸੀਗਾ, ਡੈਡੀ ਕਹਿੰਦੇ ਵੀ 4-5 ਵਜੇ ਨਿਕਲ ਜਾਣਾ, ਪਰ ਹੁਣ ਇੱਕ ਮੇਰੀ ਨੀਂਦ ਪੂਰੀ ਨਹੀਂ ਹੁੰਦੀ, ਆਹ ਦੇਖੋ ਅੱਖਾਂ 'ਤੇ ਵੀ ਉਹ ਡਾਰਕ ਸਰਕਲ ਹੋਏ ਪਏ ਆ, ਕਿਉਂਕਿ ਨੀਂਦ ਵੀ ਨਹੀਂ ਪੂਰੀ ਹੁੰਦੀ, 3-4 ਵਜੇ ਉੱਠਣਾ ਪੈਂਦਾ, ਹੈ ਨਾ। ਇਹ ਉੱਪਰ ਜੀ ਐਡੀਟਿੰਗ ਦਾ ਕੰਮ ਹੁੰਦਾ ਕਾਫੀ, ਅਤੇ ਬਹੁਤ ਕੰਮ ਹੁੰਦਾ ਉਹਦੇ ਕਰਕੇ, ਥੋੜ੍ਹਾ ਜਿਹਾ ਐਂ ਹੁੰਦਾ ਵੀ ਸੰਡੇ ਨੂੰ ਥੋੜ੍ਹਾ ਆਰਾਮ ਕਰੀਏ, ਹੈ ਨਾ। ਚਲੋ ਫਿਰ ਵੀ ਘੰਟਾ ਅੱਗੇ ਲੇਟ ਉੱਠੇ ਹਾਂ, ਜ਼ਿਆਦਾ ਲੇਟ। ਤੂੰ ਜੀ ਮੇਰੇ ਤੋਂ ਵੀ ਪਹਿਲਾਂ ਨਹਾਉਣ ਲੱਗਿਆ ਹੋਇਆ, ਇਹਨੂੰ ਜ਼ਿਆਦਾ ਚਾਅ ਚੜਿਆ ਹੋਇਆ ਜਾਣ ਦਾ, ਗੁੱਸੇ 'ਚ ਆ, ਗੁੱਸੇ 'ਚ ਰਹਿੰਦਾ 24 ਘੰਟੇ। ਨਿੰਬੂ ਕਹਿੰਦੇ ਰੱਖੇ ਹੋਏ ਆ, ਅੱਛਾ ਉਹਦੀ ਸਹੂਲਤ ਵਾਸਤੇ ਅਸੀਂ ਨਿੰਬੂ ਰੱਖੇ। ਇੱਕ ਆ ਕਾਲਾ ਨਮਕ, ਲੂਣ, ਅਤੇ ਨੰਨੂ ਦੀਦੀ ਨੂੰ ਆ ਜਾਂਦੀ ਆ ਉਲਟੀ, ਤੇਰੀ ਮੰਮੀ ਨੂੰ ਰਾਹ 'ਚ ਉਲਟੀਆਂ ਕਾਹਤੇ ਆਉਣੀਆਂ ਜਦੋਂ ਹਿਮਾਚਲ 'ਚ ਜਾਂਦੀ ਹੈ, ਦੱਸ ਮੈਨੂੰ। ਉੱਧਰੋਂ ਅਸੀਂ ਤਿਆਰ ਹੋ ਰਹੇ ਹਾਂ, ਉੱਧਰੋਂ ਮੀਂਹ ਆ ਗਿਆ, ਆ ਖੁਸ਼ਬੂ ਮਿੱਟੀ ਦੀ, ਜਦ ਅੰਬਰੋਂ ਬਰਸਿਆ ਪਾਣੀ, ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ ਆਈ। ਮਿੱਠਾ ਦਹੀਂ ਪਹਿਲਾਂ ਤਿਆਰ ਹੋ ਰਿਹਾ, ਦੇਖੋ ਜੀ, ਜਾਣ ਤੋਂ ਪਹਿਲਾਂ ਆਪਾਂ ਖਾਵਾਂਗੇ ਮਿੱਠਾ ਦਹੀਂ। ਤੁਸੀਂ ਖਾ ਲਓ, ਖਾ ਲਓ, ਖਾ ਲਓ, ਇਹ ਮਨਾਹੀ ਨਹੀਂ ਹੈ ਤੁਹਾਨੂੰ। ਪਰ ਹਾਂ, ਉਹ ਨਾ ਸਮਾਨ ਦਿਖਾਉਣ ਨੂੰ ਆਪਣਾ, ਦੇਖ ਇਹਦਾ ਸਮਾਨ, ਸਪੈਸ਼ਲੀ ਅਖਬਾਰ ਵਗੈਰਾ ਸਾਰਾ ਕੁਛ ਅਸੀਂ ਰੱਖ ਲਿਆ, ਤਾਂ ਜੋ ਇਹਨੂੰ ਕੋਈ ਉਲਟੀਆਂ ਦੀ ਕੋਈ ਗੁੰਜਾਇਸ਼ ਨਾ ਰਹੇ ਉੱਥੇ ਮਨ ਕੱਚਾ ਹੋਣ ਦੀ। ਇਹਨੂੰ ਜਦੇ ਪੈਟਰੋਲ ਚੜ ਜਾਂਦਾ, ਪਾਣੀ ਦੀਆਂ ਬੋਤਲਾਂ ਹੋ ਗਈਆਂ, ਲੰਚ ਬਾਕਸ, ਬ੍ਰੇਕਫਾਸਟ ਵੀ ਹੋ ਗਿਆ, ਇਹ 'ਚ ਲੰਚ ਹੋ ਗਿਆ, ਅਚਾਰ। ਮੈਂ ਤਾਂ ਹੋ ਗਿਆ ਤਿਆਰ, ਅਤੇ ਮੀਂਹ ਵੀ ਪੈ ਰਿਹਾ, ਪਰ ਅਸੀਂ ਫਿਰ ਵੀ ਜਜ਼ਬਾ ਰੱਖਣਾ ਹੈ ਜਾਣ ਦਾ, ਅਸੀਂ ਜਾਣਾ ਹੈ, ਪਰ ਮੱਥਾ ਟੇਕਣ ਜਾਣਾ, ਹਮਲਾ ਕਰਨਾ। ਲੇਟ ਉੱਠ ਕੇ ਮੈਂ ਪਹਿਲਾਂ ਤਿਆਰ ਹੋ ਗਿਆ, ਅਤੇ ਜਿਹੜੇ ਸਾਜਰੇ ਉੱਠੇ ਆ ਉਹ ਫਿਰ ਪਤਾ ਹੀ ਆ, ਟਾਈਮ ਲੱਗਦਾ ਹੁੰਦਾ ਤਿਆਰ ਹੋਣ ਨੂੰ। ਚਲੋ ਤਕਰੀਬਨ 7:30 ਦਾ ਟਾਈਮ ਹੋ ਗਿਆ, ਅਤੇ ਬਸ ਆ ਮੀਂਹ ਵੀ ਪੈ ਰਿਹਾ, ਵਧੀਆ ਲੱਗ ਰਿਹਾ। ਹਿਮਾਚਲ 'ਚ ਤਾਂ ਅਕਸਰ ਪੈਂਦਾ ਹੀ ਰਹਿੰਦਾ, ਜਿੱਦਾਂ ਆਪਾਂ ਅਸੀਂ ਪਹਿਲਾਂ ਸ਼ਿਮਲੇ ਗਏ ਸੀਗੇ, ਬਹੁਤ ਟਾਈਮ ਹੋ ਗਿਆ ਸ਼ਿਮਲੇ ਗਏ ਨੂੰ, ਜਦੋਂ ਮੈਂ 7ਵੀਂ 8ਵੀਂ 'ਚ ਪੜ੍ਹਦਾ ਹੋਊਗਾ। ਡੈਡੀ ਉਹਨਾਂ ਦੇ ਸਕੂਲ ਦਾ ਟ੍ਰਿਪ ਗਿਆ ਸੀਗਾ, ਅਤੇ ਉੱਥੇ ਅਸੀਂ ਸ਼ਿਮਲੇ ਗਏ, ਉੱਥੇ ਆਮ ਹੀ ਮੀਂਹ ਪੈਂਦਾ ਰਹਿੰਦਾ ਹੈ, ਅਤੇ ਤੁਸੀਂ ਵੀ ਸਾਨੂੰ ਸਪੋਰਟ ਕਰੋ। ਅਸੀਂ ਨਾ ਆਮ ਘਰ ਦੇ ਵਲੋਗਾਂ ਨਾਲੋਂ ਕੁਛ ਵੱਖਰਾ ਕਰੀਏ, ਹੈ ਨਾ, ਆਪਾਂ ਟਰੈਵਲ ਵਲੋਗ ਕਰੀਏ, ਸ਼ੁਰੂ ਕਰੀਏ,
ਅਤੇ ਜਗ੍ਹਾ ਜਗ੍ਹਾ ਘੁੰਮੀਏ। ਜੇ ਤੁਸੀਂ ਸਪੋਰਟ ਕਰੋਗੇ, ਕਮੈਂਟ ਕਰੋਗੇ, ਹੈ ਨਾ, ਕੋਈ ਕਮੈਂਟ ਵੀ ਨਹੀਂ ਆਉਂਦਾ ਹੈਗਾ ਅਤੇ ਜ਼ਿਆਦਾ ਨਾ ਆਪਣਾ ਕੁਛ ਰੈਂਕ ਕਰ ਰਿਹਾ ਚੈਨਲ, ਅਤੇ ਤੁਸੀਂ ਸਪੋਰਟ ਕਰੋ, ਕਮੈਂਟ ਕਰੋ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਆਪਾਂ ਹੋਰ ਅੱਗੇ ਕੁਛ ਵੱਖਰੀ ਚੀਜ਼ ਤੁਹਾਨੂੰ ਵੱਖਰੀਆਂ ਵੱਖਰੀਆਂ ਜਗ੍ਹਾਵਾਂ ਦਿਖਾਈਏ, ਉਹਨਾਂ ਬਾਰੇ ਦੱਸੀਏ, ਹੈ ਨਾ, ਨੌਲੇਜ ਆਪਾਂ ਇਕੱਠੀ ਕਰੀਏ ਸਾਰੀ ਜਗ੍ਹਾ ਤੋਂ, ਹਰੇਕ ਸਟੇਟ 'ਚੋਂ, ਹਰੇਕ ਸਟੇਟ ਦੇ ਕੁਛ ਖਾਸ ਕੁਛ ਨੌਲੇਜ ਹੁੰਦੀ ਆ। ਅਤੇ ਬਸ ਇੱਦਾਂ ਹੀ ਚਿੱਲ ਕਰੋ, ਬਾਕੀ ਕਾਫੀ ਟਾਈਮ ਲੱਗ ਰਿਹਾ ਹੈ, ਚਲੋ ਕੋਈ ਨਾ। ਦੀ ਵੀ ਤਿਆਰ ਹੋ ਗਏ, ਮੰਮੀ ਵੀ ਤਿਆਰ ਹੋ ਗਏ, ਅਤੇ ਦੀ ਵੀ ਤਿਆਰ ਹੋ ਗਈ। ਗੰਦੂ ਹਨੇਰਾ ਗਾ ਤਾਂ ਕੀਤਾ ਉਹ ਗੰਦੂ, ਤੂੰ ਨਹੀਂ ਹੋਇਆ ਤਿਆਰ, ਤੂੰ ਤਾਂ ਸਭ ਤੋਂ ਪਹਿਲਾਂ ਨਹਾਤਾ ਸੀ। ਅੱਛਾ ਚਲੋ ਜੀ ਚੱਲੀਏ, ਆ ਜਾਓ ਆ ਜਾਓ। ਹੈਂ ਇਕੱਲੇ ਨਹੀਂ ਜਾਣਾ ਇਹਨੇ, ਪਹਿਲਾਂ ਇਹਦਾ ਦਿਖਾ ਜਮੀ ਕੋਲ ਤੇ ਜਮਾ ਹੀ। ਪਿੱਛੇ ਅਰੀਜੀਤ ਸਿੰਘ ਆਉਂਦਾ, ਅਰੀਜੀਤ ਸਿੰਘ ਉਹ ਪਿੱਛੇ ਆ ਰਿਹਾ। ਇੱਥੇ ਗੱਡੀ ਵਾਲੇ ਵੀਰ ਨੇ ਆਉਣਾ ਹੁਣ, ਲਈਆਂ ਸੰਤਰੀ ਵਾਲੀਆਂ ਟੌਫੀਆਂ। ਹਾਂ ਅਰੀਜੀਤ ਕਿੱਥੇ ਗਿਆ? ਵੈਸੇ ਤਾਂ ਅਰੀਜੀਤ ਮੇਰਾ ਗੁਰੂ ਆ, ਪਰ ਇੱਥੇ ਜਮੀ ਇੱਕ ਨਾ ਅਰੀਜੀਤ ਸਿੰਘ ਵਰਗਾ, ਮੈਂ ਉਹਨੂੰ ਵੈਸੇ ਬਾਜੇ ਨਾਲ ਕੰਪੇਅਰ ਕਰਦਾ ਅਰੀਜੀਤ ਸਿੰਘ ਨੂੰ, ਪਰ ਵੈਸੇ ਉਹਦੀ ਲੁੱਕ ਜਮੀ ਉਹਦੇ ਵਰਗੀ ਆ। ਮੈਂ ਹੁਣ ਕੀ ਕਰਾਂ, ਹੈਗਾ ਮੇਰਾ ਗੁਰੂ ਆ, ਗੁੱਸਾ ਨਾ ਮੰਨਿਓ, ਮੈਂ ਤਾਂ ਉਹਦਾ ਆਪ ਕੱਟੜ ਫੈਨ ਆ ਅਰੀਜੀਤ ਦਾ। ਵੀਰ ਆਏ ਨਹੀਂ ਹਜੇ ਗੱਡੀ ਵਾਲਾ, ਹਾਏ ਉਹਦੇ ਅਰੀਜੀਤ ਸਿੰਘ ਆ ਗਿਆ। ਮੈਂ ਨੰਨੂ ਨੂੰ ਕਿਹਾ ਸੀ ਵੀ ਉਲਟੀ ਕਰੂਗੀ, ਉੱਥੇ ਕਾਕੂ ਜੀ ਨੇ ਕਰਤੀ। ਮੰਮੀ ਨੇ ਪੀਲੇ ਫੁੱਲ ਲੈ ਲਏ, ਅਰੀਜੀਤ ਦਾ ਦਸਵਾਂ ਗੇੜਾ, ਅਸੀਂ ਕੱਦੇ ਖੜੇ ਹਾਂ ਬਾਈ ਨੇ, ਅਸੀਂ ਗੇੜੇ ਕੱਢੀ ਜਾਣੇ। ਆ ਗਿਆ ਵੀਰ, ਮੈਂ ਬੈਗ ਰੱਖਿਆ ਹੋਇਆ ਬਹੁਤ ਭਾਰਾ, ਵੀਰ ਆ ਗਿਆ। ਮੈਂ ਤਾਂ ਪਿੱਛੇ ਹੀ ਬੈਠੂੰਗਾ, ਡੈਡੀ ਨੂੰ ਕਹੂੰਗਾ ਵੀ ਮੂਹਰੇ ਲਏ, ਇਹਨਾਂ ਨੇ ਗੰਦੂ ਜੀ ਚੱਕਿਆ ਹੈ ਅਤੇ ਮੈਂ ਬੈਗ ਚੱਕਿਆ ਭਾਰਾ। ਹਾਂ ਆਪਾਂ ਪਿੱਛੇ ਬਹਿੰਦੇ, ਚੱਲ ਮੰਮੀ ਹੋ ਗਈ। ਉੱਥੇ ਪਿੱਛੇ ਸਪੀਕਰ ਪਿਆ ਸੀ, ਹਲੇ ਹੈਂ ਇੱਧਰ ਨੂੰ ਹੋ ਜਾ, ਲਾ ਦੇ ਗੰਦੂ ਜੀ ਦਾ ਮੂੰਹ ਨਾ। ਮੰਮੀ ਸਪੀਕਰ ਨਾਲ ਬੈਠੀ ਹੈ, ਮੰਮੀ ਨੇ ਬਣਾ ਦਿੱਤਾ ਪਿੱਛੇ ਬੈਗ। ਹੈਂ ਬੈਗ ਬਹੁਤ ਭਾਰਾ, ਇਹ ਤਾਂ ਮੈਂ ਹੀ ਚੱਕਣਾ ਅਤੇ ਗੰਦੂ ਨੂੰ ਤਾਂ ਚੱਕ ਨਹੀਂ ਹੋਣਾ ਮੇਰੇ ਤੋਂ। ਬੈਗ ਤਾਂ ਇੰਨਾ ਭਾਰੀ ਆ ਵੀ ਜਿਵੇਂ ਪੱਥਰ ਚੱਕਿਆ ਹੁੰਦਾ, ਬਹੁਤ ਭਾਰਾ ਬੈਗ ਆ। ਇੰਨਾ ਪਾ ਕੀ ਦਿੱਤਾ ਇਹ 'ਚ? ਚੱਲ ਕੋਈ ਨਾ ਮੰਮੀ, ਤੂੰ ਇਕੱਲੀ ਨਹੀਂ ਹੈਗੀ, ਬੈਗ ਆ ਤੇਰੇ ਨਾਲ, ਸਪੀਕਰ ਵੀ ਆ। ਮੰਮੀ ਪਿੱਛੇ ਕੰਫਰਟੇਬਲ ਆ, ਹੈਂ ਮਸਤੀ ਕਰਾਂਗੇ, ਜਾਂਦੇ ਤੁਹਾਨੂੰ ਰਾਹ ਦਿਖਾਊਂਗਾ, ਬਹੁਤ ਸੋਹਣਾ ਰਾਹ ਹੈ। ਵੈਸੇ ਤਾਂ ਬਹੁਤ ਜਾਣੇ ਜਾਂਦੇ ਆ, ਪਰ ਜਿਹੜਾ ਨਹੀਂ ਗਿਆ ਉਹਦੇ ਵਾਸਤੇ ਕਿਤੇ ਕਮੈਂਟ ਕਰਨਾ ਵੀ, ਉਸ ਤੋਂ ਵੀ ਜਿਹੜੇ ਨਹੀਂ ਗਏ, ਜਿਹੜੇ ਗਏ ਹੋਏ ਆ ਉਹ ਵੀ ਇੰਜੋਏ ਕਰੋ, ਆਨੰਦ ਲਓ।
ਬੁੰਦਾ ਹੀ ਆ ਗਿਆ ਗੰਦੂ ਆਪਣੀ ਪੋਜੀਸ਼ਨ ਤੇ, ਗੰਦੂ ਆਪਣੀ ਪੋਜੀਸ਼ਨ ਤੇ ਆ ਗਿਆ, ਬਹਿ ਗਿਆ ਮੁੱਦਾ ਕੱਦਾ ਤੰਗ ਕਰਦਾ। ਤੇ ਅਸੀਂ ਰੋਪੜ ਵਾਲੇ ਰਾਹ ਚੱਲ ਪਏ, ਰੋਪੜ ਵਾਲਾ ਬਾਈਪਾਸ, ਰੋਪੜ ਤੋਂ ਹੋ ਕੇ ਅਸੀਂ ਜਾਵਾਂਗੇ। ਫਿਰ ਗੁੰਮ ਹੋ ਗਏ ਹੈ ਜਾਂ ਸ਼ਿਮਲੇ ਗਏ? ਉਹ ਤੇ ਸਾਰ ਊ ਡੀ ਪੀ ਸਰ, ਉਹ ਉਲਟੀਆਂ ਕਰਦਾ ਫਿਰ ਵੀ ਤੇਰੇ ਚ ਫਿਟਨੈਸ, ਵੀ ਤੂੰ ਵੀ ਦਿਖਾ ਦੇ ਆਪਣੀ ਹੁਣ ਫਿਟਨੈਸ ਫਿਟਨੈਸ। ਹਾਂਜੀ ਆਪਾਂ ਆਨੰਦਪੁਰ ਸਾਹਿਬ ਪਹੁੰਚਣੇ ਵਾਲੇ ਹਾਂ, ਤੇ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ? ਕੋਈ ਨੀਂਦ ਨੂੰਦ ਤਾਂ ਨਹੀਂ ਆ ਰਹੀ? ਪੁਰਾਣੇ ਜ਼ਮਾਨੇ ਦਾ ਮੈਨੂੰ ਟੋਲ ਪਲਾਜ਼ਾ ਲੱਗਦਾ ਹਨਾ, 47 ਦਾ। ਅੱਛਾ ਇੰਨਾ ਪੁਰਾਣਾ, 47 ਚ ਲੱਗਦੇ ਸੀ ਪਲਾਜ਼ੇ? ਆਨੰਦਪੁਰ ਸਾਹਿਬ ਦਾ ਗੇਟ ਕਿੱਥੇ ਮਾਮੇ? ਉਹ ਜੇ ਮਾਮਿਆਂ ਨੇ ਕਿਸੇ ਨੇ ਬਲੌਗ ਦੇਖ ਲਿਆ ਫੇਰ ਕਹਿਣਗੇ ਸੋਨੂੰ ਮਾਮਾ ਕਹਿੰਦੇ ਆ, ਕਹਦੇ ਕੀ ਆ ਮਾਮਾ? ਅੱਛਾ ਉਹ ਪਹਾੜੀ ਤੇ ਮੰਦਰ ਆ ਕਿਹੜਾ? ਹਾਂ ਨਹੀਂ ਇਹ ਨਹੀਂ ਹੁੰਦੀਆਂ ਵਿਰਾਸਤ ਖਾਲਸਾ, ਇੱਧਰ ਆ ਨਾ ਵਿਰਾਸਤ ਖਾਲਸਾ। ਅਸੀਂ ਇੱਥੇ ਰੁਕ ਗਏ ਪੈਟਰੋਲ ਪੰਪ ਤੋਂ, ਕਿਉਂਕਿ ਫਿਰ ਉੱਥੇ ਬਾਅਦ ਚੋਂ ਤੰਗ ਕਰਦੇ ਹਾਂ ਵਾਸ਼ਰੂਮ ਵਗੈਰਾ। ਮੈਂ ਕਿਹਾ ਚੱਲ ਮੈਨੂੰ ਵੀ ਆਇਆ, ਮੈਂ ਤਾਂ ਜਾਣਾ ਹੈ, ਮੈਂ ਭੱਜ ਕੇ ਚੱਲਿਆ। ਆ ਜਾਓ ਆ ਜਾਓ ਮੰਮੀ, ਬਾਅਦ ਚੋਂ ਨਾ ਤੰਗ ਕਰੀ। ਇਹ ਮੰਮੀ ਤਾਂ ਗੰਦੂ ਨੂੰ ਕੱਢਣਾ ਬਹੁਤ ਔਖਾ, ਉਹਦੇ ਝੰਡੀਆਂ ਲਾਈ ਜਾਂਦੇ ਆ। ਸਫ਼ਰ 'ਚ ਆਹ ਚੀਜ਼ ਬੁਰੀ ਲੱਗਦੀ ਆ, ਫਰੀ ਵਾਸ਼ਰੂਮ ਵਗੈਰਾ ਦਾ। ਹੁਣ ਸਾਫ਼ ਨਹੀਂ ਸੀਗਾ ਪੈਟਰੋਲ ਪੰਪ 'ਤੇ, ਅਤੇ ਅਸੀਂ ਆਏ ਗਏ ਨਹੀਂ ਹੈਗੇ, ਗੰਦ ਪਿਆ ਪਿਆ ਸੀਗਾ। ਅੱਗੇ ਦੇਖਦੇ ਹਾਂ ਕਿਤੇ ਕੋਈ ਸਾਫ਼ ਜਿਹੀ ਜਗ੍ਹਾ ਹੋਊਗੀ ਨਾ, ਫਿਰ ਜਾਵਾਂਗੇ। ਇਹ ਗੱਲਾਂ ਦੱਸਣੀਆਂ ਬਹੁਤ ਜ਼ਰੂਰੀ ਹੁੰਦੀਆਂ ਜਦੋਂ ਆਪਾਂ ਸਫ਼ਰ ਦੇ ਦੌਰਾਨ ਜਾਂਦੇ ਹਾਂ, ਅਤੇ ਆਪਣਾ ਜੋ ਵੀ ਸਿਹਤ ਦਾ ਖਿਆਲ ਰੱਖਣਾ, ਅਤੇ ਨਾਲ ਦੀ ਨਾਲ ਮੈਂ ਤੁਹਾਨੂੰ ਗਾਈਡ ਕਰਦਾ ਵੀ ਕਿੱਦਾਂ ਆਪਾਂ ਨੇ, ਚਲੋ ਮੈਂ ਇੰਨਾ ਕਿੰਨਾ ਕੁ ਸਫ਼ਰ ਕਰਦਾ ਵੀ ਗਾਈਡ ਕਰ, ਚਲੋ ਅਸੀਂ ਜਿੱਥੇ ਵੀ ਜਾਂਦੇ ਆਪਾਂ ਥੋੜ੍ਹਾ ਬਹੁਤਾ ਦੱਸਦੇ ਹਾਂ ਅਗਲੇ ਨੂੰ, ਹੈ ਨਾ, ਕਿ ਆਪਾਂ ਹਰ ਇੱਕ ਨੂੰ ਸਫ਼ਰ 'ਚ ਕੀ ਪ੍ਰੋਬਲਮ ਆਉਂਦੀ, ਕੀ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ, ਹੈ ਨਾ, ਅਤੇ ਉਹ ਚੀਜ਼ ਇਹ ਚੀਜ਼ ਰਿਲੇਟੇਬਲ ਆ। ਐਂ ਨਹੀਂ ਹੈਗਾ ਵੀ ਮੈਂ ਉਹ ਚੀਜ਼ ਕੀ ਦਿਖਾਤੀ, ਹੈ ਨਾ, ਕਈ ਕਹਿਣਗੇ ਵੀ ਆਹ ਤੂੰ ਕੀ ਚੀਜ਼ਾਂ ਦਿਖਾਈ ਆ ਨਾ, ਪਰ ਫਿਰ ਵੀ ਜਿਹੜੀ ਰਿਲੇਟੇਬਲ ਚੀਜ਼ ਆ, ਹੈ ਨਾ, ਸੱਚਾਈ ਆ, ਉਹ ਦਿਖਾਉਣੀ ਪੈਂਦੀ ਆ। ਹੁਣ ਆਪਾਂ ਦੇਖਾਂਗੇ ਇੱਥੇ ਗੁਰਦੁਆਰਾ ਸਾਹਿਬ ਦੇ, ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੱਡੀ 'ਚ। ਹਾਂ ਇੱਧਰੋਂ ਕਰ ਲੈ ਜਿੱਥੋਂ ਤੈਨੂੰ ਵਿਜੀਬਲ ਹੋਊਗੀ।
ਗੁਰਦੁਆਰਾ ਸਾਹਿਬ ਇੱਥੇ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਸੀ ਪੰਜ ਪਿਆਰਿਆਂ ਨੂੰ ਗੁਰੂ ਸਾਹਿਬ ਜੀ ਦਾ ਕਿਲਾ ਇੱਥੋਂ ਉੱਥੋਂ ਰਾਹ ਅੰਦਰ ਨੂੰ ਆਇਆ ਸ਼੍ਰੀ ਨੈਣਾ ਦੇਵੀ ਨੂੰ ਰਾਹ ਨਾਲ ਹੀ ਮੁੜਿਆ ਮਤਲਬ ਬੱਸ ਸਟੈਂਡ ਦੇ ਨਾਲ ਹੀ ਆ ਮੋੜ ਉੱਥੇ ਲਿਖਿਆ ਹੀ ਹੋਇਆ ਆਹ ਇੱਥੋਂ ਪਹਾੜੀਆਂ ਦਿਖਦੀਆਂ ਕਿੰਨੀਆਂ ਸੋਹਣੀਆਂ ਸਟਾਰਟ ਹੋ ਜਾਂਦੇ ਆ ਹਿਮਾਚਲ ਵਾਲੀ ਫੀਲਿੰਗ ਕੀ ਆਉਣ ਲੱਗ ਜਾਂਦੀ ਹੈ ਨਾਨੂ ਤੂੰ ਬੋਲਦੀ ਰਹਿ ਜਿੰਨਾ ਬੋਲੇਂਗੀ ਤੈਨੂੰ ਇਹ ਕਈਆਂ ਦਾ ਰਿਲੇਟ ਕਰਦੇ ਹੋਣਗੇ ਵੀ ਮਨ ਕੱਚਾ ਹੁੰਦਾ ਹੋਊਗਾ ਕਈਆਂ ਨੂੰ ਐਂ ਹੁੰਦਾ ਵੀ ਕੀ ਕਹਿੰਦੇ ਹਿਮਾਚਲ ਏਰੀਏ 'ਚ ਨਾ ਮਨ ਖਰਾਬ ਹੋਣ ਲੱਗ ਜਾਂਦਾ ਜਿਹੜੇ ਨਹੀਂ ਕਦੇ ਸਫ਼ਰ ਕਰਦੇ ਅਤੇ ਉਹਨਾਂ ਵਾਸਤੇ ਤਾਂ ਮੈਂ ਹੀ ਕਹੂੰਗਾ ਵੀ ਬੋਲੋ ਆਪਣਾ ਜਿੰਨਾ ਬੋਲ ਸਕਦੇ ਹਾਂ ਹਾਂ ਉਹਦੇ ਮੰਮੀ ਆਰਾਮ ਨਾਲ ਬੈਠੀ ਆਹ ਕਿੱਧਰ ਆ ਆਹ ਲੰਗਰ ਲੱਗਿਆ ਹੋਇਆ ਉਹਦੇ ਪਿੱਛੇ ਸੱਚੇ ਦਰਬਾਰ ਕੀ ਇਹੋ ਜੇ ਪੰਜ ਸੱਤ ਪੁਲ ਆ ਗਏ ਹਿਮਾਚਲ ਚ ਐਂਟਰ ਹੋਣਾ ਹਜੇ ਆਪਾਂ ਕਦੇ ਕੁ ਗਏ ਹੋਏ ਹਾਂ ਹੁਣ ਕਰੋਨਾ ਟਾਈਮ ਦੇ ਗਏ ਹੋਏ ਹਾਂ ਨਾ ਹਾਂ ਊਂ ਤਾਂ ਹਰੇਕ ਸਾਲ ਜਾਂਦੇ ਹਾਂ ਪਰ ਐਤਕੀ ਥੋੜ੍ਹਾ ਜਿਹਾ ਉਹ ਗਏ ਨਹੀਂ ਹੈ ਟਾਈਮ ਕਾਫੀ ਹੋ ਗਿਆ ਕਰੋਨਾ ਟਾਈਮ ਦਾ ਮੈਂ ਉਹ ਸ਼ੂਟ ਵੀ ਪਾਇਆ ਹੋਇਆ ਸੀਗਾ ਦੇਖਿਆ ਸੀ ਹੁਣ ਤਾਂ ਬਹੁਤ ਤਰੱਕੀ ਹੋ ਗਈ ਇੱਥੇ ਪਹਿਲਾਂ ਤਾਂ ਇੰਨੀ ਫੈਸਿਲਿਟੀ ਹੈ ਨਹੀਂ ਸੀ ਹੁਣ ਤਾਂ ਬਹੁਤ ਤਰੱਕੀ ਹੋ ਗਈ ਦੇਖ ਲਾ ਪਹਿਲਾਂ ਲੋਕ ਜਿਹੜੇ ਜਾਂਦੇ ਹੁੰਦੇ ਸੀਗੇ ਜਾਂ ਕੋਈ ਰਾਹ ਵੀ ਨਹੀਂ ਸੀ ਹੁੰਦਾ ਹੁਣ ਪੱਕੀਆਂ ਸੜਕਾਂ ਹੈ ਹੀ ਨਹੀਂ ਸੀ ਜਦ ਪਹਾੜੀ ਇਲਾਕਾ ਕਿੰਨਾ ਸੋਹਣਾ ਹੁਣ ਇੱਥੇ ਦੇਖਦੇ ਨਾਲੇ ਕੁਛ ਖਾ ਪੀ ਲਵਾਂਗੇ ਰੋਟੀ ਵੀ ਨਹੀਂ ਖਾ ਕੇ ਆਏ ਅਤੇ ਨਾਲੇ ਫਰੈਸ਼ ਹੋ ਜਾਵਾਂਗੇ ਉਹ ਵੀ ਜ਼ਰੂਰੀ ਆ ਫਿਰ ਅੱਗੇ ਚੱਲਣਾ ਗਿਆ ਹੈ ਨਾ ਮੰਮੀ ਆ ਜਾਓ ਅਸੀਂ ਨਾਲੇ ਕੁਛ ਖਾ ਪੀ ਉਹਨੇ ਇੱਥੇ ਅਤੇ ਉਹ ਦੇ ਕਿੰਨੇ ਆਪਣੇ ਕਮਲ ਦੇ ਫੁੱਲ ਲੱਗੇ ਹੋਏ ਲੋਟਸ ਜਿਹਨੂੰ ਕਹਿੰਦੇ ਆ ਹੈ ਨਾ ਕਿੱਥੇ ਲੱਗੇ ਹੋਏ ਆ ਉਹ ਇੱਧਰ ਨੂੰ ਜਾਂਦੇ ਹੁੰਦੇ ਸੀ ਪਹਿਲਾਂ ਬੱਸ ਸਟੈਂਡ ਆ ਇੱਥੇ ਬੱਸ ਆਉਂਦੀ ਹੁੰਦੀ ਹੈ ਇੱਥੇ ਸ਼ਾਇਦ ਗੇਟ ਸੀਗਾ ਪਤਾ ਨਹੀਂ ਕਿੱਧਰ ਆ ਉਹ ਗੇਟ ਹਾਂਜੀ ਇੱਧਰ ਹੈਗੇ ਆ ਵਾਸ਼ਰੂਮ ਦਾ ਪ੍ਰਬੰਧ ਇੱਧਰ ਆ ਗਗਨ ਬੱਸ 'ਤੇ ਵੀ ਤੇਰਾ ਨਾਂ ਚੱਲਦਾ ਨਾਲੇ ਤਾਂ ਨਾਲੇ ਨਾ ਪੈਸੇ ਖੁੱਲ੍ਹੇ ਲੈ ਕੇ ਆਇਆ ਕਰੋ ਇੱਥੇ ਕਿਸੇ ਕੋਲ ਨਹੀਂ ਹੁੰਦੇ ਟੁੱਟੇ ਹੋਏ ਪੈਸੇ ਅਤੇ ਅਗਲਾ ਗਾਲ ਪੈ ਜਾਂਦਾ ਵੀ ਸਾਡੇ ਕੋਲ ਟੁੱਟੇ ਹੋਏ ਨਹੀਂ ਪਹਿਲੇ ਹੀ ਤੜਾ ਕੇ ਲੈ ਆਓ ਠੀਕ ਆ ਚਲੋ ਫਿਰ ਹੁਣ ਚੱਲਦੇ ਹਾਂ ਸਾਰੇ ਹੁਣ ਤਾਂ ਫ੍ਰੀ ਹੋ ਗਏ ਨਾ ਅਤੇ ਕੁਛ ਖਾ ਪੀ ਕੇ ਫਿਰ ਚੱਲਦੇ ਹਾਂ ਆਪਣੇ ਕੋਲ ਪਿਆ ਖਾਣਾ ਵੈਸੇ ਲੰਗਰ 'ਚ ਖਾਣਾ ਲੰਗਰ 'ਚ ਛਕ ਲਓ ਛਕ ਲਈਏ ਲੰਗਰ 'ਚ ਛਕਣਾ ਲੰਗਰ 'ਚ ਉੱਥੇ ਆਪਣਾ ਪਿਆ ਤਾਂ ਹੈ ਹਾਂ ਫਿਰ ਜ਼ਿਆਦਾ ਹੋ ਜਾਣਾ ਚੱਲ ਦੇਖਦੇ ਹਾਂ ਲੰਗਰ ਦੇ ਵਿੱਚ ਲੈਣਾ ਲੱਗਿਆ ਉਹਨਾਂ ਨੂੰ ਖੜੇ ਨੇ ਲੰਗਰ ਪਾਉਣ ਨੂੰ
ਮਾਤਾ ਰਾਣੀ ਦਾ ਦਰਬਾਰ ਸੈਬੀ ਚੀਜੀ ਖਾਂਦਾ ਸੈਬੀ ਸੈਬੀ ਚੀਜੀ ਖਾਂਦਾ ਐਡੀ ਬੜੀ ਪਲੇਟ ਚ ਮੈਨੂੰ ਪਲੇਟ ਹੀ ਨਹੀਂ ਮਿਲੀ ਛੋਟੀ ਭੀੜ ਬਹੁਤ ਆ ਮੈਂ ਕੀ ਕਰਾਂ ਚਲਾ ਨਿਊਡਲ ਸੀਗਾ ਬਹੁਤ ਉਹ ਪਿਆ ਖਾਣ ਪੀਣ ਦਾ ਸਮਾਨ ਲੰਗਰ ਖਾ ਲਾ ਆ ਤੂੰ ਕੀ ਲੈ ਕੇ ਆਈ ਆ ਲੈ ਬਨ ਲੈ ਕੇ ਆਈ ਆ ਮੰਮੀ ਟਿੱਕੀ ਲੈ ਆਈ ਲੈ ਤੈਨੂੰ ਹੁਣ ਨੀਂਦ ਆਉਂਦੀ ਆ ਹਜੇ ਤਾਂ ਸ਼ੁਰੂਆਤ ਆ ਮੈਂ ਕਦੇ ਨਹੀਂ ਸੀ ਲੰਗਰ ਛਕਿਆ ਅਤੇ ਅੱਜ ਮੈਂ ਪਹਿਲੀ ਵਾਰ ਇੱਥੇ ਛਕਿਆ ਲੰਗਰ ਪਹਿਲਾਂ ਇੰਨਾ ਰੁਕਦੇ ਹੀ ਨਹੀਂ ਸੀ ਹੁੰਦੇ ਸਿੱਧੀ ਉਹ ਗੱਡੀ ਉੱਥੇ ਜਾਂਦੀ ਸੀ ਹੁਣ ਚੱਲ ਮੈਨੂੰ ਐਂ ਵੀ ਚੱਲ ਸਫ਼ਰ 'ਚ ਜੇ ਰੁਕੇ ਨਾ ਫਿਰ ਫਾਇਦਾ ਕੀ ਹੈ ਅਤੇ ਹੁਣ ਆਪਾਂ ਦੁਬਾਰਾ ਚੱਲੇ ਮਤਲਬ ਉੱਥੋਂ ਜਿੱਥੋਂ ਰੁਕੇ ਸੀਗੇ ਟੋਬੇ ਤੋਂ ਉੱਥੋਂ ਫਿਰ ਚੱਲ ਪਏ ਅਤੇ ਗੰਦੂ ਜੀ ਮੂਹਰੇ ਬੈਠੇ ਨੇ ਇਹ ਤਾਂ ਪਹਿਲਾਂ ਹੀ ਬੈਠੇ ਸੀ ਹੈ ਨਾ ਕਲਿੱਕ ਕਰਕੇ ਨਾ ਆ ਘਟਾ ਦੇ ਬ੍ਰਾਈਟਨੈਸ ਮੰਮੀ ਤੇ ਕੀ ਕਰਦਾ ਟਿੱਕੀ ਲੈ ਕੇ ਆਈ ਸੀ ਤੂੰ ਹੈ ਨਾ ਪਾਓ ਭਾਜੀ ਉਹ ਹਾਂ ਉੱਪਰ ਨੂੰ ਪਤਾ ਨਹੀਂ ਉਹ ਕਿ ਬਲਬਾ ਲੱਗਾ ਹੁਣ ਤਾਂ ਮੈਂ ਸਾਇੰਸ ਸੁਣੀ ਸੀ ਇੱਥੇ ਸੋਹਣਾ ਲੱਗਦਾ ਉੱਪਰ ਉੱਪਰ ਕਈ ਵਾਰ ਧੁੱਪ ਵੀ ਨਿਕਲੀ ਹੁੰਦੀ ਆ ਲੰਗੂਰਾਂ ਦੀ ਵੀਡੀਓ ਰਹਿ ਗਈ ਹੁਣ ਆਇਆ ਗੇਟ ਹੈ ਨਾ ਜਿਹੜਾ ਮੈਂ ਕਹਿੰਦਾ ਸੀ ਵੀ ਟੋਪੇ ਕੋਲ ਹੈ ਟੋਪੇ ਕੋਲ ਇੱਧਰ ਆਹੋ ਸ਼ੇਰਾਂ ਵਾਲਾ ਗੇਟ ਹੈ ਬਹੁਤ ਦੂਰ ਆ ਕੇ ਆ ਪਤਾ ਨੀ ਕਿਹੜਾ ਸ਼ਹਿਰ ਉਧਰੋਂ ਲੜਾਈ ਹੋ ਗਈ ਕਾਕੀ ਚਿਪਤੀ ਸ਼ੇਰਾਂ ਵਾਲਾ ਗੇਟ ਹੋ ਗਿਆ ਪਿੱਛੇ ਕਾਫੀ ਵਾਧਾ ਵੱਧਦਾ ਸੀ ਲੜਾਈ ਜੀ ਹੋ ਗਈ ਸੀ ਉਹਨਾਂ ਦੀ ਜਿਹੜੀ ਗੱਡੀ ਗੱਡੀ ਉਹ ਕਰਤੀ ਸੀ ਨਾ ਸ਼ੇਰਾਂ ਵਾਲੇ ਗੇਟ ਨੂੰ ਜਾ ਬਾਬੇ ਜੀ ਆਉਣਾ ਨਾ ਹੋਰ ਦਿਨ ਆਇਓ ਸੈਟਰਡੇ ਸੰਡੇ ਨਾ ਆਇਓ ਬਹੁਤ ਰਸ਼ ਹੁੰਦਾ ਸੈਟਰਡੇ ਅਤੇ ਸੰਡੇ ਹੋਰ ਦਿਨ ਆ ਜਾਓ ਜੀ ਆਉਣਾ ਪੁੱਤਰ ਰਾਹ ਬੰਦ ਸੀਗਾ ਹੁਣ ਖੁੱਲ੍ਹਿਆ ਏ ਹਾਂ ਹੁਣ ਆ ਗਿਆ ਰਿਕਸ ਵਾਲਾ ਰਾਹ ਰਿਕਸ ਸਿੰਗਲ ਇੱਥੇ ਉਹ ਜਿਹੜਾ ਜਾਮ ਲੱਗਿਆ ਇਸ ਪਿੱਛੇ ਇਹਦੇ ਕਰਕੇ ਸੀਗਾ ਸਿੰਗਲ ਰੋਡ ਆ ਇੱਧਰ ਨੂੰ ਚੱਲਦੇ ਇੱਥੇ ਲਾ ਦੋ ਸਾਈਡ 'ਤੇ ਪਹੁੰਚ ਗਏ ਹੁਣ ਇੱਥੋਂ ਕੌੜੀਆਂ ਜਾਵਾਂਗੇ ਚੜ੍ਹਾਂਗੇ ਉਸ ਤਾਂ ਕਾਫੀ ਰਸ਼ ਆ ਆ ਜਾ ਮੰਮੀ ਇੱਧਰ ਨੂੰ ਵੀ ਯਾਰ ਆ ਡੈਡੀ ਜੀ ਯਾਰ ਰੋਕੀ ਉੱਧਰ ਨੂੰ ਹੈਗਾ ਰਾਹ ਉੱਪਰ ਨੂੰ ਇੱਥੇ ਦੂਰ ਆ ਚੜ੍ਹਨੀ ਹਾਂ ਸਾਈਡ
ਉੱਥੋਂ ਨੇੜੇ ਸੀਗਾ ਯਾਰ ਉਹ ਵਾਲਾ ਹੈ। ਇੱਧਰੋਂ ਹੈਗੀਆਂ ਪੱਕੀਆਂ ਪੌੜੀਆਂ, ਉੱਥੇ ਥੋੜ੍ਹਾ ਜਿਹਾ ਦਿੱਕਤ ਆ, ਮਿੱਟੀ ਕਰਕੇ ਨਾ ਉਹ ਤਿਲਕ ਸਕਦਾ ਹੈ ਉੱਧਰੋਂ, ਤਾਂ ਇੱਧਰ ਨੂੰ ਜਾ ਰਹੇ ਹਾਂ। ਮੈਂ ਕਿੱਥੋਂ ਚੱਕਿਆ? ਹਾਂ ਆ ਰਾਹ ਦੀ ਗੱਲ ਕਰਦੇ ਸੀਗੇ ਡੈਡੀ, ਇੱਥੇ ਉਹਨੂੰ ਅੱਛਾ ਧਿਆਨ ਰੱਖਣਾ ਹਰ ਇੱਕ ਚੀਜ਼। ਸਾਈਡ ਹੋ ਜਾਓ, ਗੱਡੀਆਂ ਦੂਰੇ ਹੈਗੀਆਂ ਪੱਕੀਆਂ ਪੌੜੀਆਂ, ਚੱਲ ਇੱਥੋਂ ਆਸਾਨ। ਡੈਡੀ ਤੁਹਾਨੂੰ ਮੈਂ ਰੈਸਟ ਦਊਂਗਾ ਕੋਈ ਨਾ। ਕਿੰਨੀਆਂ ਸੋਹਣੀਆਂ ਦੁਕਾਨਾਂ ਲੱਗੀਆਂ ਹੋਈਆਂ, ਖਿਡੌਣੇ ਮਿਲਦੇ ਆ, ਖਿਡੌਣੇ ਲਵਾਂਗੇ ਠੀਕ ਹੈ। ਉਧਰ ਲੈ ਜਾ ਪਤਾ ਨੀ ਇੱਥੋਂ ਪਿਆ ਸੀ ਮੌਕੀ, ਪਤਾ ਨੀ ਕਿਹਦੇ ਤੇ ਪੈ ਗਿਆ ਸੀ ਟੁੱਟ ਕੇ। ਉਹਦੇ ਪਿੱਛੇ ਮੰਮੀ ਆ ਰਹੀ। ਹਾਂਜੀ ਗੰਦੂ ਜੀ ਨੂੰ ਵਾਰੀ ਵਾਰੀ ਸਭ ਚੱਕਦੇ ਆ, ਸਾਰੇ ਹੀ ਚੱਕਦੇ ਆ ਵਾਰੀ ਵਾਰੀ। ਗਗਨੂ ਤੇਰੀ ਵਾਰੀ ਆਉਣ, ਚੱਕਣਾ ਪੈਣਾ ਤੈਨੂੰ, ਸ਼ਗਨ ਤੱਕ ਵਾਰੀ ਕਰਨਾ ਪੈਣਾ। ਜੋੜੇ ਲਾ ਦੋ, ਜੋੜੇ ਜੈ ਮਾਤਾ ਦੀ, 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 ਜੈ ਮਾਤਾ ਦੀ। ਡਰੈਕਟ ਉੱਪਰ ਉੱਧਰ ਉਹ ਪਿੱਛੇ ਪੌੜੀਆਂ ਸੀਗੀਆਂ ਉੱਧਰ ਨੂੰ ਜਾਂਦੇ ਹੁੰਦੇ ਸੀ, ਹੁਣ ਉਹਨਾਂ ਨੇ ਬੰਦ ਕੀਤਾ ਹੋਇਆ, ਉੱਥੇ ਪੁਲਿਸ ਵਾਲੇ ਖੜ੍ਹੇ ਆ। ਉਹ ਦੇ ਗਗਨ ਥੱਕ ਗਈ, ਉਹ ਦੇ ਮੇਰੀ ਕਿੰਨੀ ਦੂਰ ਹੈ ਸੀ। ਛੁੱਟੀ ਵਾਲੇ ਦਿਨ ਆ ਜਾਓ ਉਰੇ, ਮਤਲਬ ਐਂ ਨਹੀਂ ਕਹਿੰਦਾ ਵੀ ਨਾ ਆਓ, ਮਤਲਬ ਦਿਨ ਵਿਚਾਰ ਕੇ ਆਇਓ ਥੋੜ੍ਹਾ ਜਿਹਾ, ਕਿਉਂਕਿ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਅਤੇ ਬੱਚਿਆਂ ਨਾਲ ਔਖਾ ਹੋ ਜਾਂਦਾ ਥੋੜ੍ਹਾ ਜਿਹਾ।
ਤੂੰ ਮਾਤਾ ਰਾਣੀ ਦਾ ਸਮਾਨ ਲਿਆ ਸ਼ਿੰਗਾਰ ਦਾ, ਦੋਏ ਜਣੇ ਫੜ ਲਓ, ਹਾਲੇ ਵੀ ਬਹੁਤ ਭੀੜ ਆ, ਪਿੱਛੋਂ ਬਹੁਤ ਔਖੇ ਆਏ ਆ ਭੀੜ ਚੋਂ। ਕਾਕੇ ਨੂੰ ਬਹੁਤ ਔਖਾ ਲੰਘਾ ਕੇ ਆਇਆ ਮੈਂ, ਹੁਣ ਡੈਡੀ ਨੂੰ ਫੜਾਇਆ, ਡੈਡੀ ਤੋਂ ਲੈ ਲਿਆ ਸੀ ਮੈਂ, ਤਾਂ ਤੁਹਾਨੂੰ ਔਖਾ ਹੋ ਗਿਆ। ਬਹੁਤ ਜ਼ਿਆਦਾ ਭੀੜ ਆ ਚੁੱਕੀ, ਧੱਕਾ ਮਾਰਦੇ ਸੀ ਪਿੱਛੋਂ, ਬਹੁਤ ਔਖਾ ਲੈ ਗਿਆ, ਬਹੁਤ ਔਖਾ ਲੈ ਕੇ ਆਇਆ ਪਿੱਛੇ। ਇਹਦੀ ਵਿਚਾਰੇ ਦੀ ਗਰਦਨ ਨੂੰ ਤੋੜਨੇ ਵਾਲੀ ਕਰਤੀ ਸੀ, ਕੋਈ ਦੇਖਦਾ ਹੀ ਨਹੀਂ ਹੈਗਾ ਬੱਚੇ ਨੂੰ। ਗਗਨ ਪਿੱਛੇ ਰਹਿ ਗਈ ਸੀਗੀ, ਉਹ ਉੱਥੇ ਰਹਿ ਗਈ ਸੀ, ਹਾਂ ਥੱਲੇ ਨੂੰ ਨਿਕਲੇ, ਬਹੁਤ ਔਖਾ ਹੋ ਗਿਆ ਸੀ। ਹਾਂ ਗੰਦੂ ਵਿਚਾਰਾ, ਬਹੁਤ ਭੀੜ ਆ। ਆਹ ਦੇਖੋ ਘਰੋਂ ਦਰਸ਼ਨ ਮੰਦਰ ਦੇ, ਮਾਤਾ ਰਾਣੀ ਦਾ ਮੰਦਰ, ਮੈਂ ਤਾਂ ਦੇਖਦਾ ਕਿੱਥੇ ਇੱਥੇ ਕੁ ਬੈਠਾ। ਚੱਲ ਕੋਈ ਨਾ, ਹੁਣ ਮੇਰੇ ਨਾਲ ਹੀ ਰਹੀ, ਠੀਕ ਆ। ਬਹੁਤ ਭੀੜ ਆ, ਮੰਮੀ ਉਹਨੀ ਵਿਚਾਰੀਆਂ ਪਿੱਛੇ ਰਹਿ ਗਈਆਂ। ਹੋਰ ਯਾਰ ਮੰਮੀ ਉਹਨੀ ਉਹ ਪਰੇ ਵਾਲੀ ਰੋਚ ਆ, ਹੁਣ ਛੱਡੇ ਨੇ ਇਹਨਾਂ ਨੇ ਮੰਦਿਰ। ਉੱਥੇ ਮੌਕੇ ਉੱਪਰ ਇਹਨਾਂ ਦੇ ਉੱਪਰ ਟੱਪਦੇ ਫਿਰਦੇ ਸੀਗੇ, ਕਿੱਥੇ ਗਏ ਮੰਮੀ ਉਹਨੀ, ਉਹ ਦੇ ਜਾਂਦੇ ਹਨ। ਮੈਂ ਲੈਣ ਚ ਮਤਲਬ ਕਾਫੀ ਦੇਰ ਬਾਅਦ ਗਿਆ, ਚੱਲ ਫਿਕਾ ਪੈ ਜਾਂਦਾ। ਸੰਗਤ ਦੇਖੋ ਕਿੰਨੀ, ਉਹ ਕੰਦੂ ਕਿੰਨੀ ਅੱਗੇ ਲੰਘ ਗਿਆ ਹੈ, ਪਿੱਛੇ ਨਿਆਣੇ ਨੇ ਟ੍ਰੇਨ ਬਣਾਈ ਪਈ ਆ, ਉਹ ਦੇ ਡੈਡੀ ਕਿੱਥੇ ਲੰਘ ਗਏ, ਆ ਦੇ ਕਹਿੰਦੇ ਛਿਕ 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 ਛਿਕ। ਆ ਜਾਣ ਕੇ ਖਾਲੀ ਛੱਡਦੀ ਆ ਅੰਦਰ ਦੇ, ਹੁਣ ਪਹਿਲੀ ਵਿਸ਼ ਮੰਗ ਲਾ ਮਾਤਾ ਤੋਂ, ਫਿਰ ਉਹਨਾਂ ਨੇ ਟਾਈਮ ਨਹੀਂ ਦੇਣਾ। ਹ
ਅੰਦਰ ਪਤਾ ਨਹੀਂ ਸ਼ੂਟ ਕਰਨ ਦੇਣਗੇ ਪਤਾ ਨਹੀਂ ਨਾ ਅੰਦਰ ਨਹੀਂ ਕਰਨ ਦੇਣਾ ਅੰਦਰ ਨਹੀਂ ਕਰਨ ਦੇਣਾ ਹੈ ਨਾ ਧੂਣਾ ਅੱਗੇ ਪੁੱਛ ਲਈ ਪਾਉਣੇ ਪ੍ਰਸ਼ਾਦ ਕਿੱਥੇ ਉਹ ਫਿਰ ਅੱਗੇ ਉਹ ਘੁੰਮ ਕੇ ਆਉਣਾ ਆਪਾਂ ਨੇ ਮੱਥਾ ਟੇਕਣ ਤੋਂ ਬਾਅਦ ਫਿਰ ਆਉਣਾ ਬਹੁਤ ਭੀੜ ਆ ਹਾਂ ਬਰੋਟਾ ਪਤਾ ਨਹੀਂ ਬਰੋਟੇ ਤੇ ਪਿੱਪਲ ਚ ਫਰਕ ਦੱਸ ਮੈਨੂੰ ਇਹ ਪਿੱਪਲ ਆ ਕਿ ਬਰੋਟਾ ਪਿੱਪਲ ਆ ਨਾ ਪਿੱਪਲ ਆ ਪਿੱਪਲ ਆ ਪੱਤੇ ਦੇਖ ਇਹਦੇ ਪੱਤੇ ਦੇਖ ਪਿੱਪਲ ਵਾਲੇ ਨਮੋਲੀਆਂ ਆਖਿਰਕਾਰ ਥੋੜ੍ਹਾ ਨੇੜੇ ਤੇੜੇ ਪਹੁੰਚ ਗਏ ਡੈਡੀ ਵਿਚਾਰੇ ਥੱਕ ਗਏ ਲਿਆ ਫੜੀਏ ਮੈਨੂੰ ਪਾਣੀ ਪਿਲਾਉਣਾ ਮੈਂ ਪਾਣੀ ਮੈਨੂੰ ਪਾਣੀ ਪਿਲਾ ਦੇ ਅਸੀਂ ਹੁਣ ਉਰੇ ਖੜ ਕੇ ਮੰਮੀ ਉਹਨਾਂ ਦਾ ਵੇਟ ਕਰਦੇ ਹਾਂ ਅੰਦਰ ਦਰਸ਼ਨ ਹੋ ਨਹੀਂ ਮਤਲਬ ਤੁਹਾਨੂੰ ਕਰਵਾ ਨਹੀਂ ਸਕਿਆ ਉੱਥੇ ਫਿਰ ਫੋਨ ਅਲਾਊਡ ਨਹੀਂ ਹੈਗਾ ਉੱਥੇ ਤਾਂ ਇੱਕ ਬਸ 10 ਸਕਿੰਟ ਮਸਾ ਖੜਨ ਲੱਗਾ ਅਕਬਰ ਨੇ ਲਗਵਾਇਆ ਸੀ ਸੋਨਾ ਅੰਦਰ ਛਤਰ ਵੀ ਦੇਖਿਆ ਤੇ ਜਿਹੜਾ ਹੁਣ ਆਇਆ ਮੰਮੀ ਉਹਨੀ ਚਲੋ ਆ ਜਾਣਾ ਬਾਂਦਰਾਂ ਨਾਲ ਸੈਲਫੀਆਂ ਲੈ ਹੋ ਰਹੀਆਂ ਕਰਨੂੰ ਆ ਜਾ ਇਹ ਤਾਂ ਔਖਾ ਹੋ ਜਾਂਦਾ ਇੱਥੋਂ ਦੇਖ ਲੈ ਉਧਰੋਂ ਦੇਖਦੇ ਹੁੰਦੇ ਸੀ ਚੋਣਾਂ ਮੋੜ ਦੀ ਸਮਾਧ ਪਤਾ ਨਹੀਂ ਮੈਨੂੰ ਹੁਣ ਤੱਕ ਨਹੀਂ ਦਿਖੀ ਪੰਡਿਤ ਜੀ ਬਲੌਗ ਬਣਾ ਰਹੇ ਹਾਂ ਸਭ ਸੰਗਤ ਚੌਂਕੀ ਭਰ ਰਹੀ ਹੈ ਦੇਖੋ ਕਿੰਨੀ ਸੰਗਤ ਆ ਬਹੁਤ ਭੀੜ ਜੁੱਤੀਆਂ ਵਾਲਾ ਟਾਸਕ ਬਹੁਤ ਔਖਾ ਸੀ ਬਹੁਤ ਔਖੀਆਂ ਲੈ ਕੇ ਆਇਆ ਮੈਂ ਬਹੁਤ ਭੀੜ ਚੋਂ ਲੰਘ ਕੇ ਮਸਾਂ ਲੰਘਿਆ ਮੈਂ ਸਭ ਤੋਂ ਔਖਾ ਟਾਸਕ ਸੀਗਾ ਚੱਲ
ਦੇਖ ਇਹਨੂੰ ਪਾਪੂ ਪਾਪੂ ਵਾਲਾ ਕਢਾਉਣਾ ਲੈਣਾ ਕੋਈ ਦੇਖ ਲਾ ਦਰਸ਼ਨ ਕਰਕੇ ਜਾ ਰਹੇ ਹਾਂ ਦੇ ਲਿਆ ਕੋਈ ਕਢਾਉਣਾ ਦੰਦੀ ਆ ਸ਼ਰਮਾ ਦੰਦੀ ਆ ਛੋਟੀ ਜੀ ਆ ਤੈਨੂੰ ਵੀ ਦਿੱਤਾ ਮੰਮੀ ਆਸ਼ੀਰਵਾਦ ਬਾਏ ਆ ਲੈ ਆ ਤੈਂ ਤੇ ਮੂੰਹ ਤਾਂ ਦਿਖਾ ਦੇ ਤਿੰਨ ਬੱਚੇ ਚੱਲ ਠੀਕ ਹੁਣ ਤਾਂ ਕਢਾਉਣਾ ਲੈ ਲਿਆ ਹੁਣ ਜਿੱਦ ਨਾ ਕਰੀ ਠੀਕ ਆ ਦੇਖ ਲਾ ਤੇਰੇ ਮੰਮੀ ਤੇਰਾ ਖੋ ਗਿਆ ਸੀ ਸ਼ਾਇਦ ਪਰ ਤੇਰੇ ਕੋਲ ਤਾਂ ਦੂਆ ਸੀ ਹਾਂ ਚਾਂਦੀ ਵਾਲਾ ਸਟੀਲ ਤਾਂ ਨਹੀਂ ਹੈਗਾ ਕਾਕਾ ਨੰਗਾ ਬਿਠਾ ਲਿਆ ਵਾ ਦੱਸ ਇਹਨੂੰ ਠੰਡ ਨਹੀਂ ਲੱਗਦੀ ਸੱਤ ਘੋੜਿਆਂ ਦੀ ਫੋਟੋ ਕਹਿੰਦੇ ਜ਼ਿੰਦਗੀ ਵਧੀਆ ਚੱਲਦੀ ਹੈ ਇੱਕ ਪਿਆ ਕਰੇ ਮੈਂ ਤੈਨੂੰ ਕਿਤੇ ਉਹਨਾਂ ਵਾਸਤੇ ਕੁਝ ਪ੍ਰਸ਼ਾਦ ਪਿਆ ਕਰੇ ਇੱਕ ਪਿਆ ਏ ਇੱਕ ਪਿਆ ਇੱਕ ਇਹਨਾਂ ਦੇ ਪਾਇਆ ਹੋਣਾ ਕੀ ਲੈਣਾ ਤੇ ਕੁਝ ਨਹੀਂ ਲੈਣਾ ਬਸ ਇਹਦੇ ਨਾਲ ਰੱਜ ਬਾਈ ਨੂੰ ਇੱਕ ਘਟਾਉਣਾ ਲੇਤਾ ਹੁਣ ਕਿਹਾ ਜੀ ਬਸ ਠੀਕ ਆ ਹੁਣ ਕਾਕਿਆ ਨਹੀਂ ਹੋਰ ਦੇਖ ਲਾ ਕੀ ਲੈਣਾ ਤੇ ਕਰੋੜ ਪੰਜ ਕਰੋੜ ਦੇ ਆ ਆਪਣੇ ਵਾਸਤੇ ਚੀਜ਼ ਲੈ ਲਾ ਕਢਾਉਣੇ ਨੂੰ ਕਿਹੜਾ ਤੂੰ ਕਾਕਾ ਆਈ ਛੋਟਾ ਜਿਹਾ ਦੱਸ ਜਿਉਂਦਾ ਜਾਗਦਾ ਇਹਨੇ ਆਪਣੇ ਵਾਸਤੇ ਕੋਈ ਚੀਜ਼ ਨਹੀਂ ਲਈ ਬਸ ਕਢਾਉਣੇ ਲਏ ਆ ਦੱਸ ਤੂੰ ਕਹਾਂ ਨਿਆਣਾ ਇਹਨੂੰ ਕਹਿੰਦੇ ਆ ਮਾਰਕੀਟਿੰਗ ਇੰਨੀਆਂ ਸੋਹਣੀ ਸਜਾ ਕੇ ਰੱਖੀਆਂ ਨੇ ਮਤਲਬ ਦੇਖਣ ਨੂੰ ਲੁੱਕ ਵਧੀਆ ਲੱਗਦੀ ਹੈ ਨਾ ਚੀਜ਼ ਕੰਤੂ ਕੰਤੂ ਨੇ ਵੀ ਟਿੱਕਾ ਲਵਾ ਲਿਆ ਦੋ ਚੀਜ਼ਾਂ ਬਹੁਤ ਮਹਿੰਗੀਆਂ ਇੱਕ ਤਾਂ ਉਹ ਜਿਹੜੀ ਤਾਂ ਬੱਤਕ ਲਈ ਸੀ ਅਸਲੀ ਖੜੀ ਨਕਲੀ ਆ ਉਹ ਹੈ ਫੋਟੋ ਆ ਉਹ ਬਣਾਈ ਫੋਟੋ ਆ ਆ ਮੰਮੀ ਕੀ ਲੈ ਰਹੀ ਹੈ ਦੋ ਘੰਟੇ ਨੂੰ ਬਰਬਾਦ ਕਰ ਚੁੱਕੀ ਆ ਇਹਨੂੰ ਕੁਛ ਵੀ ਪਸੰਦ ਨਹੀਂ ਆ ਰਿਹਾ ਇੱਥੋਂ ਇਹਨੇ ਤਾਂ ਲੈ ਲਿਆ ਕਾਕੇ ਨੇ ਛੋਟੇ ਛੋਟੇ ਕਢਾਉਣੇ 100 ਦੁਕਾਨਾਂ ਦਾ ਕਿ ਇਹਨੂੰ ਆਹ ਚੀਜ਼ ਪਸੰਦ ਆਈ ਆ ਕੀ ਕਹਿਣਾ ਚਾਹੇਗੀ ਇਸ ਬਾਰੇ ਕੁਛ ਨਹੀਂ ਮੇਰੀ ਪਸੰਦ ਦਾ ਕੁਛ ਮਿਲਿਆ ਨਹੀਂ ਚੱਲ ਆਹ ਲੈ ਲੈਣਾ ਕੁਛ ਤਾਂ ਲੈ ਕੇ ਜਾਵਾਂ ਚੱਲ ਠੀਕ ਹੈ ਸ਼ੁਕਰ ਆ ਨਹੀਂ ਤਾਂ ਅੱਗੇ ਖਾਲੀ ਹੱਥੇ ਮੁੜਦੀ ਨਹੀਂ ਹੈ ਠੀਕ ਆ ਇਹਨੂੰ ਹੁਣ ਆ ਗਿਆ ਪਸੰਦ ਲੈ ਲਓ ਮਾਸਾ ਦਾ ਕੁਛ ਪਸੰਦ ਆਇਆ ਜੀਤ ਹਰਮਨ ਕਾਲਾ ਹੋ ਗਿਆ ਆ ਜਾਓ ਉਹ ਉੱਥੇ ਬੰਦਾ ਇੱਕ ਪੈਸੇ ਵੰਡਦਾ ਸੀ ਕਹਿੰਦਾ ਪੈਸੇ ਲੈ ਲਓ ਪੈਸੇ
ਉਹਦੇ ਕੋਲ ਬਹੁਤ ਬਹੁਤ ਨੋਟ ਸੀਗੇ, ਉਹਦੇ ਕੋਲ ਵੰਡ ਰਿਹਾ ਸੀ ਉਹ, ਤੇ ਆਪਾਂ ਲੈ ਲੈਣੇ ਖੁੱਲੇ ਪੈਸੇ. ਅੱਛਾ ਮੈਂ ਲੱਗਿਆ ਉਹੀ ਕਿਤੇ ਦਾਨ ਕਰ ਰਿਹਾ. ਲੈ ਲਾ ਫਿਰ ਕਿਸੇ ਦਿਨ ਹੁਣ ਗੇੜਾ ਵੱਜੇ ਮਾਤਾ ਰਾਣੀ ਕਿਰਪਾ ਕਰੇ ਜ਼ਰੂਰ ਆਵਾਂਗੇ. ਅਤੇ ਹੁਣ ਆਪਾਂ ਘਰ ਨੂੰ ਚੱਲਦੇ ਹਾਂ. ਕਿਵੇਂ ਲੱਗਿਆ ਘਰ ਨੂੰ? ਸਾਡਾ ਪਹਿਲਾ ਮੱਥਾ ਜੋੜੀ ਦਾ ਜਿਹੜਾ ਟਿਕਾਉਣੇ ਉਹਨੇ ਉਹ ਟਿਕਵਾਇਆ. ਭੀੜ 'ਚ ਟੇਕ ਹੁੰਦਾ ਹੁੰਦਾ ਮੱਥਾ. ਮੈਂ ਪਹਿਲੀ ਵਾਰ ਇੰਨੀ ਭੀੜ ਦੇਖਿਆ, ਇੰਨੀ ਭੀੜ 'ਚ ਮੱਥਾ ਟੇਕਿਆ ਨਹੀਂ ਤਾਂ. ਅਤੇ ਆਹ ਸਾਰੇ ਹੁਣ ਆ ਰਹੇ ਮੱਥਾ ਟੇਕਣ. ਰੋਟੀ ਅਸੀਂ ਹੁਣ ਖਾਣ ਲੱਗੇ, ਪਹਿਲਾਂ ਨਹੀਂ ਸੀ ਖਾਣਾ. ਸਾਰਾ ਸਫ਼ਰ ਪੂਰਾ ਕਰਕੇ ਰੋਟੀ ਹੁਣ ਖਾਣ ਲੱਗੇ. ਹੁਣ ਕੋਈ ਦਿੱਕਤ ਨਹੀਂ. ਮੰਮੀ ਮੰਮੀ ਨੇ ਵੀ ਅੱਜ ਸੋਹਣੀ ਹਿੰਮਤ ਦਿਖਾਈ ਹੈ ਨਾ. ਨਹੀਂ ਬਹੁਤ ਥੱਕ ਜਾਂਦੀ ਹੈ. ਚਲੋ ਫਿਰ ਹਿਮਾਚਲ ਨੂੰ ਕਰੀਏ ਆਪਾਂ ਬਾਏ ਬਾਏ. ਚੱਲਦੇ ਹਾਂ ਹੁਣ ਪੰਜਾਬ 'ਚ ਨੂੰ. ਹੋ ਗਿਆ ਤਾਂ ਦਿਲ ਕੱਚਾ ਆ ਗੰਦੂ ਇੱਥੇ ਤੱਕ ਲੱਤਾਂ ਗਿਆ ਵਿਚਾਰੇ ਨੇ. ਅੱਜ ਗੰਦੂ ਨੇ ਵੀ ਬਹੁਤ ਸੰਘਰਸ਼ ਕੀਤਾ. ਇੱਥੋਂ ਕੋਈ ਗਾਏ ਵਾ? ਕਿਉਂ ਗਾਏ ਵਾ? ਕਿਉਂਕਿ ਮੇਰਾ ਦਿਲ ਕੱਚਾ ਹੁੰਦਾ. ਖਾਧਾ ਪੀਤਾ ਸਾਰਾ ਕੁਝ ਕੱਢਤਾ ਉਹਨੇ. ਮੈਂ ਜਾ ਤੈਨੂੰ ਦੀਦੀ ਦੀ ਹਾਲਤ ਪੂਰੀ. ਅੰਕਲ ਅੰਕਲ ਪੱਤਾ ਤੋੜ ਕੇ ਲਿਆਇਆ ਕੋਈ ਵੀ ਜਿੱਥੇ ਜੀ ਰੱਖ ਲਓ. ਕਾਹਦਾ ਪੱਤਾ? ਇੱਥੇ ਰੱਖਣਾ ਬਸ ਸਭ ਦੇ ਪੈਰ ਹੈ. ਕੜਾਈ ਵੀ ਠੀਕ ਕਾਹਦਾ ਪੱਤਾ ਹੈ? ਉਹ ਜੀ ਚੋ ਦੁੱਧ ਜਾਂ ਨਿਕਲਦਾ ਤੈਨੂੰ ਵੀ ਦੱਸ ਦੋ ਸਾਨੂੰ ਅੱਗੇ ਨੂੰ ਨੌਲੇਜ ਹੋ ਜੂ. ਜੁੱਤੀ ਥੱਲੇ ਰੱਖਿਆ ਹੈ ਪੈਰ ਵੀ ਥੇੜੀ ਲੱਗਣੀ ਚਾਹੀਦੀ. ਕਾਹਦਾ ਪੱਤਾ ਜੀ? ਜਿਹਨੂੰ ਉਲਟੀ ਵਗੈਰਾ ਕੀ ਪ੍ਰੋਬਲਮ ਆਉਂਦੀ ਆ. ਚੱਲ ਇੱਕ ਚੀਜ਼ ਨਵੀਂ ਪਤਾ ਲੱਗੀ ਹੈ ਨਾ. ਆ ਦਿਓ ਲੰਗੂਰ, ਪਹਿਲਾਂ ਮਿਸ ਹੋ ਗਏ ਸੀ. ਰਾਹ 'ਚ ਮੁੜਦੇ ਹੋਏ ਲੰਗਰ ਸੀਗਾ. ਹੋਰ ਕੀ ਕੀ ਸੀ? ਟਿੱਕੀ ਪਕੌੜੇ ਅਤੇ ਚਾਹ ਨਿਊਡਲ. ਛਕੋ ਤੁਸੀਂ ਵੀ ਉੱਧਰ ਹਜੇ ਪਰਹੇਜ਼ ਆ. ਬਸ ਪਲੇਨ ਰਾਹ ਆਉਣੇ ਵਾਲਾ ਅਤੇ ਆਹ ਹੁਣੇ ਮਕਾਉਣੇ ਆ. ਪੰਜਾਬ ਚ ਬਸ